ਬਠਿੰਡਾ ਦੇ ਇੱਕ ਵਕੀਲ ਦੇ ਘਰ ਐਨ ਆਈ ਏ ਦੀ ਰੇਡ ਦੇ ਵਿਰੋਧ ਵਜੋਂ ਵਕੀਲ ਬੈਠੇ ਨੇ ਲਗਾਤਾਰ 18 ਤਰੀਕ ਤੋਂ ਕਲਮ ਛੋੜ ਹੜਤਾਲ ਤੇ ਹੁਣ ਇਹਨਾਂ ਵੱਲੋਂ ਪੂਰੇ ਪੰਜਾਬ ਦੀ ਦਿੱਤੀ ਗਈ ਕਾਲ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਜੋ ਐਨ ਆਈ ਏ ਨੇ ਸਾਡੇ ਵਕੀਲ ਦੇ ਉੱਤੇ ਰੇਡ ਕੀਤੀ ਹੈ ਉਹ ਬਿਲਕੁਲ ਹੀ ਗਲਤ ਹੈ, ਇਹ ਕਾਨੂੰਨ ਦੇ ਉੱਤੇ ਕਾਨੂੰਨ ਦੇ ਗਲ 'ਚ ਹੱਥ ਪਾਉਣ ਦੀ ਵਾਲੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਜੋ ਸਾਡੇ ਵਕੀਲ ਦਾ ਉਹਨਾਂ ਵੱਲੋਂ ਮੋਬਾਈਲ ਲੈ ਕੇ ਗਏ ਹੈ ਉਸ ਨੂੰ ਵਾਪਸ ਕੀਤਾ ਜਾਵੇ ਅਤੇ ਅੱਗੇ ਤੋਂ ਇਹ ਸਾਨੂੰ ਇਨਸ਼ੋਰ ਕੀਤਾ ਜਾਵੇ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੋਵੇਗਾ। ਉਸ ਤੋਂ ਬਾਅਦ ਹੀ ਸਾਡੀ ਹੜਤਾਲ ਖੁੱਲ੍ਹੇਗੀ। ਇੱਕ ਵਾਰੀ ਉਹਨਾਂ ਵੱਲੋਂ ਪੰਜਾਬ ਲੈਵਲ ਦੀ ਕਾਲ ਦਿੱਤੀ ਅਤੇ ਪੰਜਾਬ ਦੇ ਵਕੀਲਾਂ ਵੱਲੀ ਵੀ ਇਹਨਾਂ ਦਾ ਸਮਰਥਨ ਕੀਤਾ ਗਿਆ ਅਤੇ ਇਹਨਾਂ ਸਮਰਥਨ ਕਰਦੇ ਹੋਏ ਪੂਰੇ ਪੰਜਾਬ ਦੇ ਅੰਦਰ ਇਹਨਾਂ ਵਕੀਲਾਂ ਵੱਲੋਂ ਆਪਣਾ ਕੰਮ ਬਿਲਕੁਲ ਬੰਦ ਕੀਤਾ ਹੋਇਆ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਨਾਂ ਵੱਲੋਂ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਜਾ ਰਿਹਾ। ਜੋਰ ਦੀ ਪਿੱਟੋ, ਜੋਰ ਦੀ ਪਿੱਟੋ, ਮੇਰਾ ਨਾਮ ਵਰਿੰਦਰ ਕੁਮਾਰ ਸ਼ਰਮਾ, ਮੈਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਠਿੰਡਾ ਦਾ ਪ੍ਰੈਜ਼ੀਡੈਂਟ ਹਾਂ। ਮੇਰੇ ਨਾਲ ਸਾਡੀ ਸਮੁੱਚੀ ਟੀਮ ਹੈ। ਅੱਜ ਅਸੀਂ 18 ਤਰੀਕ ਨੂੰ ਸਾਡੇ ਬਾਰ ਐਸੋਸੀਏਸ਼ਨ ਦੇ ਮੈਂਬਰ ਗੁਰਕਿਸ਼ਨ ਸਿੰਘ ਸਿੱਧੂ ਦੇ ਘਰ ਹੋਈ ਐਨ ਆਈ ਏ ਦੀ ਰੇਡ ਦੇ ਖਿਲਾਫ ਅਸੀਂ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਬੈਠੇ ਹਾਂ। ਸਾਡਾ ਵਕੀਲ ਨੂੰ ਐਨ ਆਈ ਏ ਵੱਲੋਂ ਹੁਣ ਤੱਕ ਸਾਡੇ ਬਾਰ ਬਾਰ ਉਹਨਾਂ ਨੂੰ ਲੈਟਰ ਭੇਜਣ ਦੇ ਬਾਵਜੂਦ ਵੀ ਕੋਈ ਸਾਨੂੰ ਰਿਪਲਾਈ ਨਹੀਂ ਆ ਰਿਹਾ। ਅਸੀਂ ਕੱਲ ਪੰਜਾਬ ਲੈਵਲ ਦੀ ਕਾਲ ਦਿੱਤੀ ਸੀ, ਪੂਰੇ ਪੰਜਾਬ ਦੇ ਵਕੀਲ ਭਾਈਚਾਰੇ ਨੇ ਸਾਡੇ ਇਸ ਸੰਘਰਸ਼ ਦਾ ਸਮਰਥਨ ਕੀਤਾ। ਅੱਜ ਅਸੀਂ ਜਿਹੜਾ ਇਨਡੈਫੀਨਿਟ ਟਾਈਮ ਦੇ ਲਈ ਜੋ ਸਾਡੀ ਵਰਕ ਸਸਪੈਂਡ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉਹਨੂੰ ਕੰਟੀਨਿਊ ਕਰਦੇ ਹੋਏ ਅੱਜ ਅਸੀਂ ਦੂਸਰੇ ਦਿਨ ਫਿਰ ਇੱਥੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਮੈਂ ਕਲੀਅਰ ਕਰਦਾ 18 ਤਰੀਕ ਤੋਂ ਲਗਾਤਾਰ ਅਸੀਂ ਵਰਕ ਸਸਪੈਂਡ ਤੇ ਚੱਲ ਰਹੇ ਹਾਂ। ਜਿੰਨਾ ਟਾਈਮ ਸਾਨੂੰ ਐਨ ਆਈ ਏ ਵੱਲੋਂ ਸਾਡਾ ਮੋਬਾਈਲ ਵਕੀਲ ਸਾਹਿਬ ਦਾ ਵਾਪਸ ਨਹੀਂ ਕੀਤਾ ਜਾਂਦਾ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਅਨਐਥਿਕ ਕੀਤੀਆਂ ਗਈਆਂ ਇਹਦੇ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ, ਉਹਨਾਂ ਟਾਈਮ ਅਸੀਂ ਜਿਹੜਾ ਹੈਗਾ ਆਪਣੇ ਸੰਘਰਸ਼ ਨੂੰ ਪੇਸ਼ ਕਰਾਂਗੇ। ਲਗਾਤਾਰ ਇਸ ਗੱਲ ਤੇ ਜਾਰੀ ਰਵਾਂਗੇ ਔਰ ਲਿਖਤੀ ਸਵਾਸ਼ਨ ਸਾਨੂੰ ਜਿੰਨਾ ਟਾਈਮ ਨਹੀਂ ਦਿੰਦੇ ਉਹਨਾਂ ਟਾਈਮ ਅਸੀਂ ਇਹਨੂੰ ਆਪਣੇ ਸੰਘਰਸ਼ ਨੂੰ ਜਾਰੀ ਰੱਖਾਂਗੇ। ਅੱਜ ਦੂਜਾ ਦਿਨ ਹੈ, ਵਕੀਲ ਭਾਈਚਾਰਾ ਲਗਾਤਾਰ ਸੜਕਾਂ ਤੇ ਬੈਠਾ ਹੋਇਆ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ, ਤੁਸੀਂ ਮੁੱਖ ਮੰਤਰੀ ਹੋ, 92 MLA ਹੈ, ਬੜੀ ਹੈਰਾਨੀ ਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੀ ਸਰਕਾਰ ਸੁੱਕੀ ਹੋਈ ਹੈ। ਇੱਕ ਵਕੀਲਾਂ ਤੇ ਹਮਲਾ ਹੈ, ਕੱਲ ਨੂੰ ਤੁਹਾਡੇ ਤੇ ਪਰਚੇ ਦਰਜ ਵੀ ਹੋਣੇ ਨੇ, ਕੱਲ ਨੂੰ ਤੁਸੀਂ ਵੀ ਵਕੀਲਾਂ ਕੋਲ ਆਉਣਾ ਹੈ ਤੇ ਤੁਸੀਂ ਵਕੀਲਾਂ ਦੇ ਨਾਲ ਨਹੀਂ ਖੜਦੇ। ਸੋ ਇਨੋਸੈਂਟ ਪਰਸਨ ਦੇ ਖਿਲਾਫ ਜੋ ਸੈਂਟਰ ਗਵਰਨਮੈਂਟ ਏਜੰਸੀਆਂ ਕਰ ਰਹੀਆਂ ਨੇ ਉਹ ਯਾਦ ਰੱਖਣ। ਵਕੀਲਾਂ ਨੂੰ ਕਿਰਨ ਬੇਦੀ ਨੇ ਇੱਕ ਵਾਰ 1983 ਚ ਪੇੜ ਮਾਰੀ ਸੀ ਤੇ ਜੋ ਕਿਰਨ ਬੇਦੀ ਭੁਗਤੀ ਸੀ ਉਹ ਵੀ ਯਾਦ ਉਹਨੂੰ ਪਤਾ ਸਾਰਾ ਹੈ ਤੇ ਸੈਂਟਰ ਗਵਰਨਮੈਂਟ ਯਾਦ ਰੱਖੇ ਇਹੀ ਚੀਜ਼ ਇਹਨਾਂ ਨੂੰ ਲੈ ਡੁੱਬੂਗੀ ਸੈਂਟਰ ਗਵਰਨਮੈਂਟ। ਸੰਘਰਸ਼ ਤਦ ਤੀਕਰ ਚੱਲੇਗਾ ਜਦ ਤੀਕਰ ਇਹ ਕਲੀਅਰ ਨਹੀਂ ਕਰਦੇ ਕਿ ਇਨੋਸੈਂਟ ਜਿਹੜਾ ਲੜਕਾ ਜਿਹੜਾ ਗੁਰਪ੍ਰੀਤ ਸਿੱਧੂ ਹੈ ਇਹ ਇਨੋਸੈਂਟ ਹੈ, ਇਸ ਤੇ ਅਟੈਕ ਕਰਨਾ ਇੱਕ ਤਰ੍ਹਾਂ ਦਾ ਸੰਵਿਧਾਨ ਤੇ ਅਟੈਕ ਕਰਨਾ ਹੈ। ਕਿਸੇ ਵਕੀਲ ਨਾਲ ਕੋਈ ਕਲਾਇੰਟ ਗੱਲ ਕਰਦਾ ਹੈ ਤਾਂ ਆਫਟਰ ਕ੍ਰਾਈਮ ਉਹ ਗੱਲ ਕਰੇਗਾ ਵਕੀਲ ਨਾਲ। ਸੋ ਮੈਂ ਇੰਨਾ ਕਹਿੰਦਾ ਸਰਕਾਰ ਨੂੰ ਕਹਿੰਦਾ ਕਿ ਸ਼ਰਮ ਆ।